हाँ जी, सत श्री अकाल जी सारयां नूं। स्वागत है सारयां दा एक होर नवें ब्लॉग दे विच। ते अज दा ब्लॉग है जिहड़ा इह डेली थां ते नाइट ब्लॉग होण वाला। आ देखो कुछ नहीं होया, तैयारी यारी पिंदरी आकलिया वॉलीबॉल दे महान प्लेयर। उधर पानी दीआं बोतलां की डाक्टरी करी जांदा भरावा, चक के बोतल पाड़ती इहने। वाह वाह, चलो तां तैयारी हो रही है किसे पासे जाण दी। तुसीं देख सकदे हो कि टाइम है रात दा। ਅਸੀਂ ਉਹ ਰੋਡ ਤੇ ਜਾ ਰਹੇ ਹਾਂ ਜਿੱਥੇ ਗੱਡੀ ਆਪੇ ਚੱਲਦੀ ਹੈ। ਠੀਕ ਆ, ਸਾਡੇ ਘਰ ਦੇ ਕਹਿੰਦੇ ਭੂਤਾਂ ਵਾਲਾ ਰੋਡ। ਭੂਤਾਂ ਵਾਲਾ ਰੋਡ ਵੀ ਸ਼ਾਇਦ ਵੱਜਦਾ, ਪਤਾ ਨਹੀਂ ਭੂਤਾਂ ਹੈਗੀਆਂ ਕਿ ਨਹੀਂ। ਚਲੋ ਉਹ ਤਾਂ ਜਾ ਕੇ ਪਤਾ ਲੱਗੂਗਾ। ਪਰ ਫਿਲਹਾਲ ਸਭ ਤੋਂ ਦਲੇਰ ਬੰਦਾ ਕਹਿੰਦਾ ਮੈਂ ਵਿਚਾਲੇ ਬੈਠੂਗਾ। ਦਲੇਰੀ ਜਿਹੜਾ ਬੰਦਾ ਪਹਿਲਾਂ ਹੀ ਡਰਾਈ ਜਾਂਦਾ ਹਜੇ ਭੂਤਾਂ ਤੰਗ ਹੀ ਨਹੀਂ। ਚਲੋ ਲੈਟਸ ਗੋ। ਸਭ ਤੋਂ ਦਲੇਰ ਉਹ ਆ ਉਹ ਬਾਈ, ਗਾਣੇ ਵੀ ਲਾਓ। ਸਭ ਤੋਂ ਦਲੇਰ ਉਹ ਜਿਹੜਾ ਭੱਜ ਲਿਆ, ਘਰ ਤੋਂ ਅਸੀਂ ਤੁਰ ਪਏ ਆ। ਕਿਹੜਾ ਰੋਡ ਆ ਕਾਸ਼ ਓਏ? ਪਹਿਲਾ ਗਾਣਾ ਤਾਂ ਉਹੀ ਲਾਉਣਾ ਮੂਸੇ ਵਾਲੇ ਦਾ ਯਾਰ। ਉਹ ਤਾਂ ਠੀਕ ਆ, ਰੋਡ ਕਿਹੜਾ ਜਿਹੜੇ ਤੇ ਆਪਾਂ ਜਾ ਰਹੇ ਆ? ਰੋਡ ਬਾਈ ਇਹ ਹੈਗਾਗਾ ਡਿਕਸੀ ਰੋਡ ਸਿੱਧਾ ਜਾਊਗਾ। ਹਾਂ ਇਹ ਹੈਗਾ ਆਪਣਾ ਡੈਸਟੀਨੇਸ਼ਨ ਕੀ ਆ? ਕੈਲੇਡਨ ਮਾਊਂਟੇਨ ਹਿਲਸ। ਮਾਊਂਟੇਨ ਹਿਲਸ ਆ? ਹਾਂ। ਕਾਹਦੇ ਵਾਸਤੇ ਗੱਡੀ ਉੱਥੇ? ਆਪਣੇ ਆਪਣੇ ਆਪ ਗੱਡੀ ਚੱਲਦੀ ਉਹੀ ਆ? ਆਪਣੇ ਆਪ ਗੱਡੀ ਰੁਕੂਗੀ, ਚੱਲੂਗੀ, ਲਾਈਟਾਂ ਆਨ ਆਫ ਹੁੰਦੀਆਂ ਨੇ। ਇੰਨਾ ਕੁਛ? ਹਾਂ ਭਜਨ ਭੁਜਨ ਚ ਵਧੀਆ ਇਹ, ਭਾਜ ਭੁਜ ਵਧੀਆ। ਪਹਿਲਾਂ ਵੀ ਵੀਡੀਓ ਚ ਵੀ ਮੈਂ ਫਸਟ ਰਿਹਾ ਸੀ, ਇਹਦੇ ਨਾਲ ਰੇਸ ਲਾਈ ਸੀ ਦਿਲਪ੍ਰੀਤ ਨਾਲ। ਲਓ ਜੀ ਤੇਲ ਪਵਾ ਰਹੇ ਆ ਗੱਡੀ ਦੇ ਵਿੱਚ ਆਪਾਂ। ਤੇਲ ਹੋ ਰਿਹਾ ਬਹੁਤ ਮਹਿੰਗਾ ਇੱਥੇ ਕੈਨੇਡਾ ਦੇ ਵਿੱਚ, ਇੰਡੀਆ ਵਾਲੇ ਲਾਤੀ ਹੋਏ ਪਏ ਤੇਲ ਦੇ ਮਾਮਲੇ 'ਚ ਨਾ। ਤੀਹ ਦੇ ਨੇੜ ਜਾਵੜੀ ਉੱਪਰ ਰੇਟ ਆਏ ਥੱਲੇ ਲੀਟਰ, 30 ਦਾ ਪਿਆ 14 ਲੀਟਰ ਅਤੇ 787 ਗ੍ਰਾਮ। ਇੱਕ ਬੰਦਾ ਸ਼ੀਸ਼ੇ ਸਾਫ਼ ਕਰਨ 'ਤੇ ਲਾਇਆ ਹੋਇਆ ਆਪਾਂ, $21 ਪੈਂਦਾ ਸੀਗਾ। ਤਿੰਨ ਤਰ੍ਹਾਂ ਦੇ ਤੇਲ ਇੱਥੇ, 87, 89 ਅਤੇ 91। ਆਹ ਜਿਹੜੇ ਰੋਡ 'ਤੇ ਆਈਏ ਸੀ, ਇਹ ਹੈਗਾ ਕੈਲਡਨ ਦਾ ਰੋਡ, ਕੈਲਡਨ ਨੂੰ ਜਾਂਦਾ। ਕੈਲਡਨ ਕੈਨੇਡਾ ਦਾ ਆਪਣਾ ਓਨਟਾਰੀਓ ਦਾ ਬਹੁਤ ਹੀ ਘੈਂਟ ਏਰੀਆ ਹੈਗਾ, ਬਹੁਤ ਸਿਰਾ ਏਰੀਆ, ਬਰੈਂਪਟਨ ਤੋਂ ਵੀ ਕਿਤੇ ਜ਼ਿਆਦਾ ਘੈਂਟ ਆ। ਅਤੇ ਆਹ ਰੇਲ ਰੋਡ ਦੇਖੋ ਤੁਸੀਂ, ਬਿਲਕੁਲ ਜਮ੍ਹਾਂ ਹਨੇਰਾ, ਕੁਛ ਵੀ ਨਹੀਂ, ਬਗਲੀਆਂ ਲਾਈਟਾਂ ਦੇ ਸਹਾਰੇ 'ਤੇ ਜਿੰਨਾ ਦਿਖਦਾ ਦਿਖਦਾ। ਅਤੇ ਸਟਰੀਟ ਲਾਈਟ ਇੱਥੇ ਕੋਈ ਨਹੀਂ ਆਉਂਦੀ ਗੀ, ਵੀਡੀਓ ਨਹੀਂ ਆਉਣੀ ਟਾਈਮ 'ਤੇ, ਪਤਾ ਨਹੀਂ ਕਾਹਦੇ ਉੱਤੋਂ ਟੱਪ ਗਈ ਗੱਡੀ ਯਾਰ। ਚੱਲ ਦੇਖੀਏ, ਚਟਿਆਂ ਤਾਂ ਚਟਾਈ ਵਾਲੀ ਕਰੂੰਗਾ। ਓਏ ਬਾਬੇ, ਹੁਣ 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 ਆਉਂਦਾ ਸਵਾਦ ਚ ਆਉਂਦਾ ਗਾ, ਓਏ ਹੁਣ ਡਰ ਜਿਹਾ ਲੱਗਦਾ। ਓਏ ਸਹੀ ਗੱਲ ਆ, ਸਵਾ ਲੱਗੇ ਸਾਰੇ, ਯਾਨੀ ਪਾਠ ਪੂਠ ਪੜ ਲਾ ਓਏ ਭਰਾਵਾ, ਯਾਨੀ ਓਏ ਚੌੜ ਦੀ ਗੱਲ ਨਹੀਂ, ਹੱਥ ਪੁੱਤ ਪਾ ਕੇ ਬਹਿਜਾ, ਕਹਿੰਦੇ ਇਹਨਾਂ ਨੂੰ ਮਜ਼ਾਕ ਨਹੀਂ ਕਰਦਾ ਮੈਂ, ਸਹੀ ਗੱਲ ਆ। ਲੈ ਲਓ ਰੱਬ ਦਾ ਨਾਂ, ਵਾਰਨਿੰਗ ਦਿੱਤੀ ਹੋਈ ਆ ਬਾਈ ਜੀ, ਲੈ ਲਓ ਰੱਬ ਦਾ ਨਾਂ, ਉਹ ਖਤਰੇ ਵਾਲਾ ਨਿਸ਼ਾਨ ਲਾਲ ਜਾ ਓਏ, ਡੋ ਨਾਟ ਐਂਟਰ ਦੀ ਵਾਰਨਿੰਗ ਹੈਗੀ ਆ ਯਾਰ, ਬੋਲਣਾ ਕਰੋ ਖਰਗੋਸ਼ ਹੋਣੇ ਵੱਧ ਆ ਬਾਈ, ਸੜਕ ਪਾਰ ਕਰ ਦੇਣਾ ਵਿਚਾਰੇ ਬਾਈ। ਮਿੱਤਰੋ 3 ਕਿਲੋਮੀਟਰ ਹੈਗਾ ਖੱਬੇ ਸੱਜੇ ਦੇਖੋ, ਡਾਂਗ ਡੂੰਗ ਵੀ ਹੈ ਨੀ ਆਪਣੇ ਕੋਲ ਤਾਂ ਯਾਰ, ਡਾਂਗ ਮਾਰੀ ਭੂਤ ਦੇ ਦੋ।
ਨਹੀਂ ਕਹਿੰਦੇ ਆ ਕਹਿੰਦੇ ਡਾਂਗ ਮੂਰੇ ਤਾਂ ਭੂਤ ਨੱਚਦਾ ਬਈ ਕਾਵਤ ਸੁਣੀ ਆ ਕਹਿੰਦੇ ਕਾਵਤ ਯਾਰ ਬਸ ਫਿਰ ਉਹ ਇੰਡਗਾ ਇੱਥੇ ਬੋਰਡ ਸੋਰੇ ਭੂਤ ਕਾਦੇ ਕਾਦੇ ਅੱਗੇ ਰਾਜ ਦੇ ਆਉਣੇ ਕਰਾਟੇ ਸੂਟ ਤੇ ਆਉਂਦੇ ਹੋਣ ਬੰਦੇ ਵਿੱਚ ਆ ਕੀ ਲਿਖਿਆ ਹੋਇਆ ਹਿਡਨ ਡਰਾਈਵ ਹਿਡਨ ਡਰਾਈਵ ਨਿੱਕੀ ਦੀ ਵਾਰ ਗੱਲ ਮਜ਼ਾਕ ਸੀ ਉਹਦੀ ਲੱਗਦੀ ਮੈਂ ਕਿਹਾ ਨਹੀਂ ਹੋਰ ਤੈਨੂੰ ਸਾਰੇ ਪਾਸੇ ਉਹ ਸਹੀ ਗੱਲ ਆ ਮੈਂ ਤੁਹਾਨੂੰ ਸਾਰੇ ਪਾਸੇ ਦਰਖਤ ਸਭ ਪਾਸੇ ਹੁਣ ਅਸੀਂ ਗੱਡੀ ਪਹਾੜੀ ਤੇ ਪਹਾੜੀ ਤੇ ਚੜਾਉਣੀ ਆ ਕਿ ਉਚਾਈ ਤੇ ਜਾਣਾ ਕਿ ਢਲਾਨ ਆਊਗੀ ਅੱਗੇ ਕੀ ਹਿਸਾਬ ਕਿਤਾਬ ਹੈ ਤਾਂ ਦੇ ਯਾਰ ਕੰਨੇ ਬੰਦ ਹੁੰਦੇ ਕਿ ਤੇ ਯਾਰ ਮਾੜੇ ਮਾੜੇ ਹੋ ਹੀ ਜਾਂਦੇ ਆ ਸਾਰੇ ਜਾਏ ਉਹ ਤਾਂ ਜਾਣ ਵੇਲੇ ਹੁੰਦੇ ਆ ਹੁੰਦੇ ਟੈਨਸ਼ਨ ਨਾ ਸਾਰਾ ਲੈਫਟ ਤੇ ਘੈਂਟ ਕੋਈ ਚੀਜ਼ ਵੇਖਣ ਵਾਲੀ ਹੋਊਗੀ ਪਰ ਨੇ ਜਿਆ ਕਰਕੇ ਉੱਡੀ ਸਾਰੇ ਪਾਸੇ ਜੰਗਲੀ ਆ ਇੱਥੇ ਦੇਖਣ ਵਾਲੀਆਂ ਚੀਜ਼ਾਂ ਹੀ ਆ ਸਾਰੀਆਂ ਜਿਹੜੀ ਜੰਗਲਾਂ ਜੁੰਗਲਾਂ ਜਾਣ ਦੀ ਤੁਸੀਂ ਗੱਲ ਸੋਚ ਰਹੇ ਹੋ ਫਿਰ ਤਾਂ ਮਾੜੀ ਦਲੇਰੀ ਰੱਖਿਓ ਠੀਕ ਹੈ ਨਾ ਕਿਤੇ ਇਹ ਨਾ ਹੋਵੇ ਵੀ ਮੁੜ ਕੇ ਨਾ ਭੱਜਿਆ ਜਾਵੇ ਤੇ ਨਾ ਖੜਿਆ ਜਾਵੇ ਸਾਹਮਣੇ ਦੇਖ ਮੜਾ ਜਾਂ ਤੂੰ ਝਾਕ ਕੇ ਆਸੇ ਪਾਸੇ ਚਿੱਟਾ ਹੈਗਾ ਤੂੰ ਧੁੰਦ ਜੀ ਮਾੜੀ ਮਾੜੀ ਉੱਥੇ ਪਿੱਛੇ ਸੀ ਹੁਣ ਹੈ ਨਹੀਂ ਸਹੀ ਗੱਲ ਆ ਪਿੱਛੇ ਕੀ ਪਤਾ ਕੀ ਸੀ ਦਿਨ ਭਰਾਵਾ ਕਿਵੇਂ ਚੜ ਗਿਆ ਹਜੇ ਤਾਂ 12 ਵਜੇ 1:30 ਵਜੇ 2 ਵਜੇ ਦੋ ਵਜ ਗਏ ਗੱਡੀ ਚਲਾਉਂਦਾ ਚਲਾਉਂਦਾ ਜਾਨਵਰ ਬੋਲ ਰਿਹਾ ਸੀ ਐਂ ਦੱਸੋ ਪਹਿਲਾਂ ਵੀ ਚੱਪਲਾਂ ਕਿਹੜੇ ਕਿਹੜੇ ਤੇ ਪਾਈਆਂ ਬੂਟ ਕਿਤੇ ਕਿਤੇ ਪਾਇਆ ਮੈਂ ਚੱਪਲਾਂ ਚ ਰਸਤਾ ਹੈਗਾ ਵੀ ਆ ਉਸ ਕਾਰ ਖੜੀ ਆ ਰਸਤਾ ਨੀ ਹੋਣਾ ਧਾਨੀ ਦਾ ਰਸਤਾ ਬੰਦ ਆ ਕਾਰ ਕਾਰ ਆ ਓਏ ਕਾਰ ਖੜੀ ਆ ਯਾਰ ਲਾਈਟਾਂ ਬੰਦ ਆ ਕਾਰ ਆਪਾਂ ਕਿੱਥੇ ਜਾ ਰਹੇ ਆ ਹੁਣ ਆਪਾਂ ਕਿਹੜੀ ਜਗ੍ਹਾ ਬਸ ਉਹੀ ਜਿਹੜੇ ਲਾ ਰਹੇ ਆ ਉੱਧਰ ਦੇ ਸੁਣੀ ਸੀ ਕਿਹਨੇ ਸੁਣੀ ਆ ਕਾਰ ਤਾਂ ਨੀ ਕਰਦੀ ਬਈ ਯਾਰ ਕਾਰ ਦੇ ਅੱਗੇ ਕੀਤੀ ਆ ਕਦੇ ਕਾਰ ਨੇ ਪਹਾੜਾਂ ਦੇ ਵਿਚ ਮੈਂ ਤਾਂ ਜਾ ਕੇ ਆਉਣਾ ਮੈਂ ਪੁੱਤਰਾਂਗੇ ਉਤਰ ਕੋਈ ਚੱਕਰ ਨੀ ਜਮਾਂ ਚੁੱਪ ਹੋ ਯਾਰ ਪਾਣੀ ਹੋਵੇ ਸੀੜੀ ਆ ਰਿਹਾ ਇੱਕੋ ਦਮ ਹੀ ਕਿਤੇ ਕੈਮਰੇ ਦੇ ਕੁਛ ਮੂਹਰੇ
ਕਾਰ ਕਰਦੀ ਹੋਵੇ ਕਾਰ ਨਹੀਂ ਬਈ ਕਰਦੀ ਯਾਰ ਨਹੀਂ ਕਾਰ ਕਰਦੀ ਤਾਂ ਪ੍ਰੀਤ ਆਪਾਂ ਹੋਰ ਰੋਡ ਤੇ ਜਾ ਕੇ ਜਿੱਥੇ ਮਰਦੀ ਹੁੰਦੀ ਆ ਬਈ ਨਹੀਂ ਜੇ ਪਹਿਲ ਜੇ ਕਾਰ ਨੇ ਕਰਨਾ ਹੀ ਪਹਿਲੋਂ ਕਰਦੀ ਇਹਨੂੰ ਤੈਨੂੰ ਸੁਣ ਰਹੀ ਆ ਆਵਾਜ਼ ਆਵਾ ਤੇ ਇਸ ਨਾਮ ਮਾਰ ਹੁਣ ਗੱਡੀ ਤੋਂ ਉਤਰ ਕੇ ਅਸੀਂ ਤੁਰੇ ਜਾ ਰਹੇ ਹਾਂ ਜੰਗਲੀ ਜੰਗਲ ਹਮ ਹੋਗੇ ਸਾਥ ਡਰਦੇ ਮਾਰੇ ਸਾਰਿਆਂ ਦਾ ਪੂਰਾ ਬੁਰਾ ਹਾਲ ਆ ਪਰ ਛੋ ਨਹੀਂ ਕਰਦੇ ਉੱਤੋਂ ਉੱਤੋਂ ਹੱਸੀ ਜਾਂਦੇ ਆ ਉੱਤੋਂ ਉੱਤੋਂ ਹੱਸਦੇ ਆ ਸਾਰੇ ਕੁੱਤੇ 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 ਆ ਸੱਚੀ ਸਾਨੂੰ ਵਾਪਸ ਆਉਣਾ ਪਿਆ ਸੀ ਗੱਡੀ 'ਚ ਭੱਜ ਕੇ ਕਿਉਂਕਿ ਅਸੀਂ ਵੈਸੇ ਜੰਗਲ ਦੇ ਵਿੱਚ ਗੱਡੀ ਰੋਕੀ ਸੀ ਅਤੇ ਅਸੀਂ ਦੇਖਣ ਜਾ ਰਹੇ ਸੀਗੇ ਮਾੜਾ ਮੋਟਾ ਕੋਈ ਵਿਊ ਵੀ ਵਧੀਆ ਹੁੰਦਾ ਉੱਥੇ ਸਾਨੂੰ ਪਾਣੀ ਦੀ ਆਵਾਜ਼ ਆ ਰਹੀ ਸੀ ਸਾਨੂੰ ਆਏ ਸੀ ਪਾਣੀ ਦਾ ਕੋਈ ਸੀਨ ਹੋਊ ਪਰ ਜਿਵੇਂ ਹੀ ਅਸੀਂ ਥੋੜ੍ਹਾ ਜਿਹਾ ਰੌਲਾ ਪਾਇਆ ਉੱਥੇ ਦਾ ਸਾਨੂੰ ਕੁੱਤਿਆਂ ਦੀਆਂ ਆਵਾਜ਼ਾਂ ਆਉਣ ਲੱਗ ਗਈਆਂ ਅਤੇ ਮਤਲਬ ਸਾਡੇ ਨੇੜੇ ਆ ਗਈ ਇੱਕ ਹਿਸਾਬ ਨਾਲ ਉੱਧਰੋਂ ਅਸੀਂ ਬਹੁਤ ਭੱਜਿਆ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਜੋ ਉੱਤਰਦੇ ਜਦੋਂ ਢਲਾਣ ਸੀ ਤਾਂ ਚੜ੍ਹਦੇ ਵੇਲੇ ਚੜ੍ਹਾਈ ਸੀਗੀ ਤਾਂ ਭੱਜ ਕੇ ਬਹੁਤ ਔਖਾ ਹੋਇਆ ਸਾਨੂੰ ਗੱਡੀ 'ਚ ਆਉਣਾ ਪਰ ਅਸੀਂ ਫਾਈਨਲੀ ਗੱਡੀ ਦੇ ਵਿੱਚ ਵਾਪਸ ਸਾਨੂੰ ਆਉਣਾ ਪਿਆ ਮਜਬੂਰੀ 'ਚ ਨਹੀਂ ਤਾਂ ਉੱਥੇ ਕੰਮ ਔਖਾ ਹੋ ਜਾਣਾ ਸੀਗਾ ਸਾਡਾ ਕਿਉਂਕਿ ਕੁੱਤੇ ਨੇੜੇ ਸੀ ਸਾਨੂੰ ਇਹ ਪਤਾ ਨਹੀਂ ਸੀਗਾ ਵੀ ਨੇੜੇ ਹੋਣਗੇ ਅਤੇ ਜਦੋਂ ਪਹਿਲਾਂ ਸਾਨੂੰ ਇਹ ਚੀਜ਼ ਦਾ ਥੋੜ੍ਹਾ ਜਿਹਾ ਅੰਦਾਜ਼ਾ ਸੀ ਵੀ ਹੋ ਸਕਦੇ ਆ ਅਤੇ ਪਰ ਜਦੋਂ ਅਸੀਂ ਆਵਾਜ਼ਾਂ ਸੁਣੀਆਂ ਤਾਂ ਫਿਰ ਸਾਨੂੰ ਭੱਜ ਕੇ ਵਾਪਸ ਗੱਡੀ 'ਚ ਆਉਣਾ ਪਿਆ